ਅੱਜ ਜੇ ਗੱਲ ਕਰ ਆਪਾਂ ਕਰਦੇ ਆ ਕਿ ਜਿਹੜੇ ਸਟੋਨ ਬਣ ਜਾਂਦੇ ਆ ਹਾਂਜੀ ਸਟੋਨ ਕਿਹੜੀ ਨਹੀਂ ਸਟੋਨ ਕਿਹੜੀ ਸਟੋਨ ਉਹਦਾ ਕੀ ਕਰਨਾ ਪਹਿਲਾਂ ਤਾਂ ਆਪਾਂ ਪ੍ਰिवेंट ਵਾਲਾ ਦੱਸਾਂਗੇ ਕਿ ਵੀ ਬਣਦੇ ਕਿਉਂ ਕਾਦੀ ਕਾਦੀ ਨਾਲ ਹੂੰ ਹੂੰ ਪਾਲਕ ਪਨੀਰ ਟਮਾਟਰ ਪਾਲਕ ਪਨੀਰ ਟਮਾਟਰ ਜਿਹੜੇ ਕਿ ਤਿੰਨੋਂ ਹੀ ਚੀਜ਼ਾਂ ਬੜੀਆਂ ਖਾਣ ਦੇ ਵਿੱਚ ਸਵਾਦ ਤੇ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਪੰਜਾਬੀਆਂ ਦੇ ਘਰਾਂ 'ਚ ਕੁਝ ਜਾਨਿਆਂ ਨੂੰ ਅੰਦਰ ਜਿਨ੍ਹਾਂ ਦੇ ਸਟੋਨ ਬਣਨ ਲੱਗ ਜਾਂਦੇ ਉਹਨਾਂ ਨੂੰ ਜਾ ਕੇ ਦੁੱਖ ਵੀ ਬਹੁਤ ਦਿੰਦੀ ਹੈ ਓਕੇ ਠੀਕ ਹੈ ਹਾਂਜੀ ਤਾਂ ਇਸ ਕਰਕੇ ਇਹ ਤਾਂ ਮੈਂ ਤਾਂ ਦੱਸ ਰਿਹਾ ਕਿ ਵੀ ਬੰਦੇ ਨੂੰ ਪਤਾ ਤਾਂ ਹੋਵੇ ਕਿ ਮੈਂ ਕਾਦੇ ਨਾਲ ਬਿਮਾਰ ਹਾਂ ਜਿਹੜੇ ਲੋਕਾਂ ਨੂੰ ਸਟੋਨ ਬਣਦੇ ਆ ਉਹਨਾਂ ਨੂੰ ਜਿਵੇਂ ਕੈਲਸ਼ੀਅਮ ਫਾਸਫੇਟ ਜੂਰਕ ਤੇ ਆਲਜਿਕ ਇਹ ਚਾਰੀ ਚੀਜ਼ਾਂ ਨਾਲ ਸਟੋਨ ਇਕੱਠਾ ਹੁੰਦਾ ਜੀ ਉਹਨਾਂ ਦਾ ਸਰੀਰ ਇਸ ਨੂੰ ਬਾਹਰ ਸਿੱਟਣ ਦੇ ਸਮਰਥ ਨਹੀਂ ਹੁੰਦਾ ਜੀ ਓਕੇ ਆਪਾਂ ਪਹਿਲਾਂ ਵੀ ਇੱਕ ਗੱਲ ਕਰਦੇ ਸੀ ਜਿਹੜੇ ਬੰਦੇ ਰਨਿੰਗ ਕਰਦੇ ਆ ਉਹਨਾਂ ਦੇ ਕਦੇ ਕਿਡਨੀ ਸਟੋਨ ਨਹੀਂ ਬਣਦੇ। ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਵੀ ਜਿਹੜੇ ਲੋਕ ਕਮ ਸੇ ਕਮ 10 ਗਲਾਸ ਹਾਂ ਹਾਂ ਕੋਸੇ ਪਾਣੀ ਦੇ ਨਾਲ ਪੀ ਲੈਂਦੇ ਆ ਸਾਰੇ ਦਿਨ ਵਿੱਚ ਓਕੇ ਬੈਂਟਰ ਚ ਘੱਟ ਪੀਤਾ ਜਾਂਦਾ। ਹਾਂ ਤਾਂ ਉਹਨਾਂ ਦੇ ਵੀ ਘੱਟ ਅਸਰ ਹੁੰਦੇ ਕਿ ਜਿਹੜਾ ਚੀਜ਼ ਕਲੈਕਟ ਕਰਦੇ ਬਾਡੀ ਉਹ ਬਾਹਰ ਕੱਢ ਦੇ। ਅੱਛਾ ਗਰਮ ਪਾਣੀ ਬਾਹਰ ਕੱਢ ਦਿੰਦਾ। ਹਾਂਜੀ ਮਤਲਬ 10 ਗਲਾਸ ਜੇ ਪਾਣੀ ਦੀ ਕੁਆਂਟੀਟੀ ਪੀਓਗੇ ਤਾਂ ਬਾਡੀ ਸਟੋਨ ਕਲੈਕਟ ਘੱਟ ਕਰ ਦਈਏ। ਓ ਹੋਮੋਪੈਥੀ ਦੇ ਮੁਤਾਬਕ ਬਿਨਾ ਸਰਜਰੀ ਤੋਂ ਮੈਂ ਜਰੂਰ ਕਹੂੰਗਾ ਕਿ 20 ਮਿਲੀਮੀਟਰ ਤੱਕ ਅਸੀਂ ਸਟੋਨ ਕੱਢ ਲੈਨੇ ਜੀ ਓਕੇ 20 ਮਿਲੀਮੀਟਰ ਤੋਂ ਉੱਤੇ ਸਟੋਨ ਦੀ ਦਵਾਈ ਅਸੀਂ ਨਹੀਂ ਦਿੰਦੇ ਕਿਉਂਕਿ ਉਹ ਕਿਹੜੀ ਕਿਡਨੀ ਤੇ ਪ੍ਰੈਸ਼ਰ ਪੈਣ ਲੱਗੂਗਾ ਓਕੇ 2 ਮਿਲੀਮੀਟਰ ਤੋਂ ਲੈ ਕੇ ਜੀ 20 ਮਿਲੀਮੀਟਰ ਤੇ ਇੱਕ ਬਿਨਾ ਕਿਸੇ ਸਰਜਰੀ ਤੋਂ ਸਟੋਨ ਨਿਕਲ ਜਾਂਦੇ ਆ ਤੇ ਇਨ ਫਿਊਚਰ ਵੀ ਸਟੋਨ ਕਦੇ ਵੀ ਨਾ ਬਣੇ ਉਹਦੀ 1 ਮਹੀਨਾ ਉਦੋਂ ਬਾਅਦ ਜਦੋਂ ਸਟੋਨ ਨਿਕਲ ਜਾਂਣ ਉਹ ਦਵਾਈ ਖਾ ਲੈ ਜੀ پیشنਤ ਉਹਦਾ ਜ਼ਿੰਦਗੀ ਭਰ ਉਹਦੇ ਸਟੋਨ ਨਹੀਂ ਬਣਦੇ ਨਾ ਟਾਈਮ ਫਾਰ ਯੂ ਦੇ ਹੈਲਥ ਰੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਜੀ ਸੱਚੀ ਗੱਲ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਡਾਕਟਰ ਸਾਹਿਬ ਲਾਈਕ ਅੱਜ ਗੱਲਬਾਤ ਆਪਾਂ ਕਰਦੇ ਆਂ ਕਿ ਜਿਹੜੇ ਸਟੋਨ ਬਣ ਜਾਂਦੇ ਆਂ ਹਾਂਜੀ ਸਟੋਨ ਕਿਹੜੀ ਨਹੀਂ ਸਟੋਨ ਜੀ ਕਿਹੜੀ ਸਟੋਨ ਉਹਦਾ ਕੀ ਕਰਨਾ ਹਾਂਜੀ ਜੀ ਜੀ ਮਤਲਬ ਆਪਣੇ ਸਰੋਤਿਆਂ ਨੂੰ ਪਹਿਲਾਂ ਤਾਂ ਆਪਾਂ ਪ੍ਰिवेंट ਵਾਲਾ ਦੱਸਾਂਗੇ ਕਿ ਵੀ ਬਣਦੇ ਕਿਉਂ ਕਾਦੀ ਕਾਦੀ ਨਾਲ ਹੂੰ ਹੂੰ ਪਾਲਕ ਪਨੀਰ ਟਮਾਟਰ ਪਾਲਕ ਪਨੀਰ ਟਮਾਟਰ ਜਿਹੜੇ ਕਿ ਤਿੰਨੋਂ ਹੀ ਚੀਜ਼ਾਂ ਬੜੀਆਂ ਖਾਣ ਦੇ ਵਿੱਚ ਸਵਾਦ ਤੇ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਪੰਜਾਬੀਆਂ ਦੇ ਘਰਾਂ 'ਚ ਕੁਝ ਜਣਿਆਂ ਨੂੰ ਅੰਦਰ ਜਿਨ੍ਹਾਂ ਦੇ ਸਟੋਨ ਬਣ ਲੱਗ ਜਾਂਦੇ ਉਹਨਾਂ ਨੂੰ ਜਾ ਕੇ ਦੁੱਖ ਵੀ ਬਹੁਤ ਦਿੰਦੀ ਹੈ ਓਕੇ ਹਾਂਜੀ ਤਾਂ ਇਸ ਕਰਕੇ ਇਹ ਤਾਂ ਮੈਂ ਤਾਂ ਦੱਸ ਰਿਹਾ ਕਿ ਵੀ ਬੰਦੇ ਨੂੰ ਪਤਾ ਤਾਂ ਹੋਵੇ ਕਿ ਮੈਂ ਕਾਦੇ ਨਾਲ ਬਿਮਾਰ ਹਾਂ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚ ਜਿਵੇਂ ਮਤਲਬ ਜਿਹੜੇ ਲੋਕਾਂ ਨੂੰ ਸਟੋਨ ਬਣਦੇ ਆ ਉਹਨਾਂ ਨੂੰ ਜਿਵੇਂ ਕੈਲਸ਼ੀਅਮ ਫਾਸਫੇਟ ਜੂਰਕ ਤੇ ਆਲਜਿਕ ਇਹ ਚਾਰੀ ਚੀਜ਼ਾਂ ਨਾਲ ਸਟੋਨ ਇਕੱਠਾ ਹੁੰਦਾ ਜੀ ਓਕੇ ਉਹਨਾਂ ਦਾ ਸਰੀਰ ਇਸ ਨੂੰ ਬਾਹਰ ਸਿੱਟਣ ਦੇ ਸਮਰਥ ਨਹੀਂ ਹੁੰਦਾ ਜੀ ਓਕੇ ਆਪਾਂ ਪਹਿਲਾਂ ਵੀ ਇੱਕ ਗੱਲ ਕਰਦੇ ਸੀ ਜਿਹੜੇ ਬੰਦੇ ਰਨਿੰਗ ਕਰਦੇ ਆ ਉਹਨਾਂ ਦੇ ਕਦੇ ਕਿਡਨੀ ਸਟੋਨ ਨਹੀਂ ਬਣਦੇ ਓਕੇ ਸੋ ਜੇਕਰ ਤੁਸੀਂ ਰਨ ਕਰ ਸਕਦੇ ਹੋ ਬਾਹਰ ਜਾ ਸਕਦੇ ਹੋ ਭੱਜ ਸਕਦੇ ਹੋ ਬਾਹਰ ਜਾ ਕੇ ਥੋੜੀ ਜਿਹੀ 100 ਕਿਲੋਮੀਟਰ 100 ਕਿਲੋਮੀਟਰ ਤਾਂ ਫਿਰ ਕਹਿੰਦੇ ਕਿ ਉਹ ਵੀ ਹੈ 100 ਮੀਟਰ ਸੋਰੀ 100 ਮੀਟਰ ਹਾਂ ਜੀ ਤੇ 100 ਕਿਲੋਮੀਟਰ ਤਾਂ ਬਹੁਤ ਬਹੁਤ ਹੋ ਗਿਆ ਨੀ ਜੀ 100 ਮੀਟਰ 100 ਮੀਟਰ ਕਿੰਨਾ ਕੁ ਹੋ ਜਾਂਦਾ ਬਸ ਇੱਕ ਪਲੇਗਰਾਉਂਡ ਜੀ ਹਾਕੀ ਦਾ ਲਾਲੋ ਫੁੱਟਬਾਲ ਦਾ ਲਾਲੋ ਓਕੇ ਉਹ ਮੋਸਟਲੀ ਇੱਕ ਜਿਹੜਾ ਸਫੀ ਚੰਦੇ ਪਰ ਰਨਿੰਗ ਹੋ ਕੇ ਖੂਬੀ ਜੀ ਓਕੇ ਤਾਂ ਸੋ ਉਹ ਜੀ ਮਤਲਬ ਇਸ ਤਰ੍ਹਾਂ ਤੇ ਕਰ ਸਕਦਾ ਤਾਂ ਉਹਦੇ ਸਟੋਨ ਬਣਦੇ ਘਟ ਸਾਰੇ ਓਕੇ ਪਰ ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਕਿ ਵੀ ਜਿਹੜੇ ਲੋਕ ਕਮ ਸੇ ਕਮ 10 ਗਲਾਸ ਹਾਂ ਹਾਂ ਕੋਸੇ ਪਾਣੀ ਦੇ ਨਾਲ ਪੀ ਲੈਂਦੇ ਸਾਰੇ ਦਿਨ ਵਿੱਚ ਦੀ ਓਕੇ ਬੈਂਟਰ ਚ ਘੱਟ ਪੀਤਾ ਜਾਂਦਾ ਹਾਂ ਤਾਂ ਉਹਨਾਂ ਦੇ ਵੀ ਘੱਟ ਅਸਰ ਹੁੰਦੇ ਕਿ ਜਿਹੜਾ ਚੀਜ਼ ਕਲੈਕਟ ਕਰਦੇ ਬੋਡੀ ਉਹ ਬਾਹਰ ਕੱਢ ਦੇ ਜੀ ਅੱਛਾ ਗਰਮ ਪਾਣੀ ਬਾਹਰ ਕੱਢ ਦਿੰਦਾ ਹਾਂਜੀ ਮਤਲਬ 10 ਕਲਾਸ ਜੇ ਪਾਣੀ ਦੀ ਕੁਆਂਟੀਟੀ ਪੀਓਗੇ ਤਾਂ ਬੋਡੀ ਸਟੋਨ ਕਲੈਕਟ ਘੱਟ ਕਰ ਦਈਏ ਓਕੇ ਤੇ ਉਸ ਤੋਂ ਬਾਅਦ ਜੱਜੀ ਜਿਵੇਂ ਹੁਣ ਹੋਮੋਪੈਥੀ ਦੇ ਮੁਤਾਬਕ ਬਿਨਾਂ ਸਰਜਰੀ ਤੋਂ ਮੈਂ ਜਰੂਰ ਕਹੂੰਗਾ ਕਿ 20 ਮਿਮੀ ਤੱਕ ਅਸੀਂ ਸਟੋਨ ਕੱਢ ਲੈਣੇ ਜੀ ਓਕੇ 20 ਮਿਮੀ ਤੋਂ ਉੱਤੇ ਸਟੋਨ ਦੀ ਦਵਾਈ ਅਸੀਂ ਨਹੀਂ ਦਿੰਦੇ ਕਿਉਂਕਿ ਉਹ ਕਿਹੜੀ ਕਿਡਨੀ ਤੇ ਪ੍ਰੈਸ਼ਰ ਪੈਣ ਲੱਗ ਜਾਂਦਾ ਓਕੇ ਛੋਟਾ ਉਹ ਬੈਥੀ ਚ ਜੀ ਦਵਾਈ ਹੈਗੀ ਹੈ 2 ਮਿਮੀ ਤੋਂ ਲੈ ਕੇ ਜੀ 20 ਮਿਮੀ ਤੇ ਇੱਕ ਬਿਣਾ ਕਿਸੇ ਸਰਜਰੀ ਤੋਂ ਸਟੋਨ ਨਿਕਲ ਜਾਂਦੇ ਆ ਤੇ ਇਨ ਫਿਊਚਰ ਵੀ ਸਟੋਨ ਕਦੇ ਵੀ ਨਾ ਬਣੇ ਉਹਦੀ 1 ਮਹੀਨਾ ਉਦੋਂ ਬਾਅਦ ਜਦੋਂ ਸਟੋਨ ਨਿਕਲ ਜਾਣ ਉਹ ਦਵਾਈ ਖਾ ਲੈ ਜੀ ਪੇਸ਼ੈਂਟ ਉਹਦਾ ਜਿੰਦਗੀ ਪਰ ਉਹਦੇ ਸਟੋਨ ਨਹੀਂ ਬਣ ਦੇਣਾ ਓਕੇ ਤਾਂ ਕਹਿਣ ਤੋਂ ਪਾ ਵੀ ਆ ਕਿ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਨਾਲ ਨਹੀਂ ਖਾਣੀਆਂ ਉਹ ਮਨਾ ਕਰੀ ਦੀਆਂ ਤੇ ਮੈਂ ਇੱਕ ਦੋ ਦਵਾਈਆਂ ਹੀ ਦੱਸੂਗਾ ਜੀ ਵੀ ਉਹ ਜੇ 2mm ਦੀ ਸਟੋਨ ਹੈ 4mm ਦੀ ਹੈ ਡੇਢ ਦੋ ਮਹੀਨੇ ਲੱਗੂਗਾ ਜੀ ਓਕੇ ਪਰ ਜੇ 10mm ਸਟੋਨ ਹੈ ਜੀ ਫਿਰ ਉਸ ਦਾ 2.5 ਤਿੰਨ ਮਹੀਨੇ ਵੀ ਲੱਗ ਜਾਣ 2.5 ਤਿੰਨ ਮਹੀਨੇ ਲਗਾਤਾ ਦਵਾਈ ਖਾਣੀ ਪੈਣੀ ਹੈ ਦਵਾਈ ਖਾਣੀ ਪੈਣੀ ਹੈ ਜੀ ਤੇ ਉਹ ਖੁਰ ਕੇ ਨਿਕਲ ਜੂਗਾ ਜੇ ਦਰਦ ਹੁੰਦਾ ਦਰਦ ਵਾਸਤੇ ਵੀ ਦਵਾਈ ਨਾਲ ਹੁੰਦੀ ਹੈ ਓਕੇ ਤੇ ਜਿਵੇਂ ਰਾਈਟ ਕਿਡਨੀ ਵਾਸਤੇ ਮੈਂ ਦਵਾਈ ਬੋਲਣ ਲੱਗਾ ਜੀ ਉਹਦਾ ਨਾਮ ਦਵਾਈ ਦਾ ਨਾਮ ਹੈਗਾ ਜੀ ਲਾਈਕੋਪੋਡੀਅਮ 30 ਓਕੇ ਉਹ ਸਵੇਰ ਦੁਪਹਿਰੇ ਸ਼ਾਮ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਦੇ ਸੱਜੇ ਗੁਰਦੇ 'ਚ ਪਥਰੀ ਹੈਗੀ ਇਹ ਮੈਨੂੰ ਆਸ ਆ ਗਿਆ ਹੁਣ ਵੀ ਇਹ ਸੱਜੇ ਖੱਬੇ ਲਈ ਦਵਾਈ ਆ ਡਾਡੂ ਜੀ ਹਾਂਜੀ ਬਿਲਕੁਲ ਡਾਡੂ ਹੁੰਦੀ ਜੀ ਹੋਮੋਪੈਥੀ ਦੇ ਵਿੱਚ ਖਾਸ ਕਰਕੇ ਓ ਮਾਈ ਗੋਡ ਉਹ ਕਿਉਂ ਉਹ ਮੈਂ ਬਾਅਦ ਚ ਦੱਸਾਂਗਾ ਅੱਛਾ ਓਕੇ ਤੇ ਸ੍ਰੋਤਿਆਂ ਦੇ ਦੱਸਣ ਵਾਸਤੇ ਉਦੋਂ ਬਾਅਦ ਜਿਹੜੇ ਜੀ ਇੱਕ ਮਦਰ ਟੈਂਚਰ ਹੁੰਦਾ ਵਰਬਸ ਬਲਾਰੀਗਸਕਿਊ ਉਹ 10-10 ਬੂੰਦਾ ਤਿੰਨ ਵਾਰੀ ਪੀਣੀ ਆ ਜੀ ਹਾਂ ਪਰ ਸੱਜੇ ਗੁਰਦੇ ਵਾਸਤੇ ਆ ਜੀ ਤੇ ਜਿਹੜੀ ਖੱਬੇ ਗੁਰਦੇ ਦੀ ਮੈਡੀਸਨ ਹੁੰਦੀ ਹੈ ਹਾਂ ਉਹ ਹੁੰਦੀ ਹੈ ਜੀ ਕੰਥੈਰਸ ਕੰਥੈਰਸ ਵੀ ਤੁਸੀਂ ਤਿੰਨ ਵਾਰੀ ਸਵੇਰ ਦੁਪਹਿਰ ਸ਼ਾਮ ਲੈ ਸਕਦੇ ਹੋ ਤੇ ਵਰਬਸ ਬਲਾਰੀਗਸਕਿਊ ਜ਼ਰੂਰ ਲੈਣਾ ਨਾਲ ਮਦਰ ਟੈਂਚਰ ਉਹ ਪਾਣੀ ਚ ਪਾ ਕੇ ਲੈਣੀਆਂ ਜੀ ਬੂੰਦਾ ਧੰਨਵਾਦ ਤਾਂ ਜੀ ਹੁਣ ਉਦੋਂ ਅਗਲਾ ਸਵਾਲ ਆਊਗਾ ਕਿ ਜੇ ਦੋਨਾਂ ਜੀ ਹੋਵੇ ਹਾਂ ਫਿਰ ਦੋਨੇ ਦਵਾਈਆਂ ਹੀ ਲੈਣੀਆਂ ਲੈਣੀਆਂ ਪਹਿਣੀਆਂ ਜੀ ਜਿਵੇਂ ਲੈਕੋਪੋਡੀਅਮ ਖਾਣੇ ਤੋਂ ਪਹਿਲਾਂ ਲੈ ਲੈਣ ਜੀ ਸਵੇਰ ਦੁਪਹਿਰ ਸ਼ਾਮ ਤਿੰਨ ਵਾਰ ਕੰਥੈਰਸ ਖਾਣੇ ਤੋਂ ਬਾਅਦ ਕਰ ਦੇਣ ਕਿ ਦੋਨੇ ਗੁਰਦਿਆਂ ਦੀਆਂ ਸਟੋਨਸ ਨਿਕਲ ਜਾਣ। ਓਹ ਛਾ ਫਿਰ ਦੋਨਾਂ ਚ ਵੀ ਹੋ ਜਾਂਦੀ ਹੈ ਕਿ ਦੋਨਾਂ ਚ ਵੀ ਹੋ ਜਾਂਦੀਆਂ ਜੀ ਮੇਰੇ ਕੋਲ ਕੇਸ ਆਉਂਦੇ ਆ ਤਾਂ ਉਹੀ ਫਿਰ ਸਾਈਜ਼ ਤੇ ਦੱਸਦਾ ਜੀ ਜੇ ਦੋਨੇ ਗੁਰਦਿਆਂ ਦੇ ਵਿੱਚ ਇੱਕ 4mm ਹੈ ਇੱਕ 6mm ਹੈ ਜੀ ਜਿਹੜਾ 4mm ਉਹ ਜਲਦੀ ਨਿਕਲੂ 6mm ਵਾਲਾ ਟਾਈਮ ਲਊਗਾ। हां ਜਦੋਂ ਤੁਹਾਡੇ ਗੁਰਦਿਆਂ ਚੋਂ ਸਟੋਨ ਨਿਕਲ ਜਾਂਦੇ ਆ ਜੀ ਕਲੀਨ ਹੋ ਜਾਂਦੇ ਆ ਮੇਰੀ ਕਡਵਾਇਜ਼ ਹੈ ਸਰੋਤਿਆਂ ਨੂੰ ਕਿ ਉਹ ਨਾ ਬਣਨ ਵਾਲੀ ਦਵਾਈ ਆਪਦੇ ਭਲੇ ਵਾਸਤੇ ਖਾ ਲੈਣ ਕਿ ਵੀ ਮੁੜ ਕੇ ਜ਼ਿੰਦਗੀ ਪਰ ਉਹਨਾਂ ਦੇ ਸਟੋਨ ਨਹੀਂ ਬਣੂਗਾ ਜੀ ਓਕੇ ਪਰ ਅਲਟਰਾਸਾਉਂਡ ਚ ਇਹ ਹੋਵੇ ਕਿ ਹੁਣ ਉਹਨਾਂ ਦੇ ਕੋਈ ਪਥਰੀ ਨਹੀਂ ਜੇ ਪਥਰੀ ਰਹਿੰਦੀਆਂ ਖਾਲੀ ਫੇਰ ਕੋਈ ਉਹਦਾ ਨਹੀਂ ਹੋ ਮਤਲਬ ਇੰਤਜ਼ਾਮ ਹੈਗਾ ਬਟ ਜੇ ਨਿਕਲਣ ਤੋਂ ਖਾਂਦੇ ਆ ਤਾਂ 1 ਮਹੀਨਾ ਤੇ ਉਹਨਾਂ ਨੂੰ ਕਦੇ ਕੋਈ ਆਪਰੇਸ਼ਨ ਦੀ ਲੋੜ ਨਹੀਂ ਜੀ ਤੇ ਉਹਨਾਂ ਦੀ ਹਮੇਸ਼ਾ ਵਿੱਚ ਉਹ ਪਹਿਲਾਂ ਪੱਥਰੀ ਕੱਢਦੇ ਹੋ ਫਿਰ ਦੂਜੀ ਦਵਾਈ ਦਿੰਦੇ ਆ ਨਾ ਬਣਨ ਵਾਲੀ ਦਵਾਈ ਦਿੰਦੇ ਆ ਜੀ ਕਿ ਬਿਨਾ ਕਿਸੇ ਸਰਜਰੀ ਤੋਂ ਜ਼ਿੰਦਗੀ ਪਰ ਉਹਨਾਂ ਦੇ ਕਦੇ ਸਟੋਨ ਨਹੀਂ ਬਣੂਗਾ ਜੀ ਜੇ ਕੋਈ ਜ਼ਿਆਦਾ ਤੰਗ ਹੈਗੇ ਤੇ ਆਪਣਾ ਸਕਰੀਨ ਤੇ ਨੰਬਰ ਆਉਂਦਾ ਹੋਣਾ ਤੇ ਜਦੋਂ ਮਰਜ਼ੀ ਗੱਲ ਕਰਕੇ ਪੁੱਛ ਲੈਣ ਜੀ ਤੇ ਨਾਲ ਫੂਡ ਐਡਵਾਈਸ ਕਰਾਂਗੇ ਕਿ ਵੀ ਆਹ ਆਹ ਚੀਜ਼ਾਂ ਤੁਸੀਂ ਘੱਟ ਖਾਓ ਆਹ ਜ਼ਿਆਦਾ ਖਾਓ ਸੋ ਤਿੰਨ ਚੀਜ਼ਾਂ ਜਿਆਦਾ ਪਹਿਲਾਂ ਛੱਡ ਹੀ ਦਿਓ ਨਾ ਕਿਉਂਕਿ ਜਿਹੜੀਆਂ ਚੀਜ਼ਾਂ ਤੁਹਾਡੇ ਪੱਥਰੀ ਬਣਾਉਂਦੀਆਂ ਹੀ ਨੇ ਉਹ ਟਮਾਟਰਾਂ ਦੇ ਵਿੱਚਲੇ ਵੀ ਉਹਨਾਂ ਨੂੰ ਕੱਢ ਦਿਓ ਤੇ ਚਟ ਮਟਰ ਨਾ ਖਾਓ ਉਹਨੂੰ ਤੁਸੀਂ ਆਪਣੀ ਸਬਜ਼ੀ ਚ ਪਾ ਸਕਦੇ ਹੋ ਤੇ ਸੈਕੰਡ ਪਾਲਕ ਜਿਹੜੀ ਆ ਉਹਦੇ ਤੁਸੀਂ ਪਰੌठा ਬਣਾ ਕੇ ਖਾ ਸਕਦੇ ਹੋ ਪਾਲਕ ਦਾ ਉਹ ਜ਼ਿਆਦਾ ਬੈਟਰ ਰਹੂਗਾ ਸਾਗ ਦੇ ਵਿੱਚ ਤੇ ਕੱਲੀ ਨਾ ਖਾਓ ਰੁੱਖੀ ਨਾ ਖਾਓ ਤੇ ਸਾਗ ਚ ਵੀ ਨਾ ਪਾਓ ਨਹੀਂ ਸਾਗ ਚ ਬਿਨਾ ਸਾਗ ਬਿਨਾ ਪਾਲਕ ਤੋਂ ਖਾ ਲੈਣ ਜੀ ਜਿਨ੍ਹਾਂ ਦੇ ਸਟੋਨ ਬਣਦੇ ਜਿਨ੍ਹਾਂ ਦੇ ਨਹੀਂ ਬਣਦੇ ਉਹ ਖਾਣ ਜੀ ਤਸੂ ਕਹਿੰਨ ਤੋਂ ਪਾਵੇ ਕਿ ਵੀ ਜੇ ਫੇਰ ਵੀ ਕੋਈ ਕਸਰ ਰਹਿੰਦੀ ਹੈ ਤੇ ਸਾਨੂੰ ਫੋਨ ਕਰਕੇ ਪੁੱਛ ਲੈਣ ਜੀ ਕਾਲ ਕਰਕੇ ਇਸ ਕੋ ਸਟੋਨ ਤੋੜਨ ਦੀਆਂ ਦਵਾਈਆਂ ਵੀ ਹੁੰਦੀਆਂ ਵੀ ਛੇਤੀ ਕ੍ਰੈਸ਼ ਕਰਦੀਦਾ ਜੀ ਮੈਡੀਸਿਨ ਨਾਲ ਤੇ ਜਦੋਂ ਮਰਜੀ ਆਪਣਾ ਕਾਲ ਕਰ ਸਕਦੇ ਜੀ ਇੱਥੇ ਹੀ ਇਜਾਜ਼ਤ ਦਿਓ ਤੇ ਇਸ ਹਿੱਸੇ ਨੂੰ ਸਪான்ਸਰ ਕੀਤਾ ਗਿਆ ਨੌਨ ਸਟਾਪ ਪੀਜ਼ੇ ਵਾਲਿਆਂ ਵੱਲੋਂ ਤੇ ਉਹਨਾਂ ਨੂੰ ਜੇਕਰ ਜਾ ਕੇ ਹਵਾਲਾ ਦਿੰਦੇ ਹੋ ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ ਉਹਨਾਂ ਦੀ ਫਰੇਜ਼ਰ ਦੇ ਉੱਪਰ ਲੋਕੇਸ਼ਨ ਹੈ ਥੈਂਕ ਯੂ ਬਹੁਤ ਬਹੁਤ ਡਾਕਟਰ ਸਾਹਿਬ ਦਾ ਸਰ ਸੱਚੀ ਗੱਲ ਹੈ